ਪੰਜਾਬ ਦੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਜ਼ਿਲ੍ਹਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਨਾਮੀ ਵਪਾਰੀ ਪਰਿਵਾਰ ਦੇ 7 ਮੈਂਬਰ ਭੇਦ ਭਰੀ ਹਾਲਤ ਵਿੱਚ ਗੁੰਮ ਹੋਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਮੀ ਵਪਾਰੀ ਤਰਸੇਮ ਲਾਲ ਪੁੱਤਰ ਬਲੈਤੀ ਰਾਮ ਆਪਣੇ ਪਰਿਵਾਰ ਸਮੇਤ 10 ਮਾਰਚ ਨੂੰ ਆਪਣੀ ਗੱਡੀ 'ਤੇ ਇਹ ਕਹਿ ਕੇ ਚਲੇ ਗਏ ਕਿ ਅਸੀਂ ਮਾਤਾ 'ਤੇ ਚੱਲੇ ਹਾਂ, ਪਰ ਦੂਸਰੇ ਦਿਨ ਗੱਡੀ ਸੈਲਰ 'ਤੇ ਪਹੁੰਚ ਗਈ ਅਤੇ ਪਰਿਵਾਰ ਭੇਦ ਭਰੀ ਹਾਲਤ ਵਿੱਚ ਗੁੰਮ ਹੋ ਗਿਆ। ਉਕਤ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਫੋਨ ਬੰਦ ਆ ਰਹੇ ਹਨ। ਭੇਦ ਭਰੀ ਹਾਲਤ ਵਿੱਚ ਗੁੰਮ ਹੋਣ ਵਾਲੇ ਮੈਂਬਰਾਂ ਵਿੱਚ ਤਰਸੇਮ ਲਾਲ ਤੋਂ ਇਲਾਵਾ ਉਸਦੀ ਪਤਨੀ ਅਤੇ ਬੱਚੇ ਵੀ ਸ਼ਾਮਲ ਸਨ। ਇਹ ਵੀ ਪਤਾ ਲੱਗਾ ਹੈ ਕਿ ਇਸ ਪਰਿਵਾਰ ਦੇ 7 ਦੇ ਕਰੀਬ ਸੈਲਰ ਹਨ ਅਤੇ ਜਾਣ ਤੋਂ ਪਹਿਲਾਂ ਇਸ ਪਰਿਵਾਰ ਨੇ ਆਪਣੀ ਕੋਠੀ ਵਿੱਚ ਨੋਟਿਸ ਲਗਾਇਆ ਹੈ ਕਿ ਜਿਸ ਵਿੱਚ 4 ਵਿਅਕਤੀਆਂ ਦੇ ਨਾਮ ਲਿਖੇ ਹਨ ਕਿ ਸਾਡੇ ਤੋਂ ਬਾਅਦ ਸਾਡੇ ਸੈਲਰਾਂ ਵਿੱਚ ਪਿਆ ਘਾਟਾ ਇਹਨਾਂ ਤੋਂ ਵਸੂਲਿਆ ਜਾਵੇਗਾ। ਇਸ ਪੂਰੇ ਮਾਮਲੇ ਦੀ ਜਾਂਚ ਮੋਗਾ ਦੇ SSP ਹਰਮਨਵੀਰ ਸਿੰਘ ਕਰ ਰਹੇ ਹਨ। ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ। ਵੇਖੋ, ਅਸੀਂ ਸਾਰੇ ਐਂਗਲਾਂ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸੋ ਇਹ ਬਿਜ਼ਨਸ, ਇੱਕ ਬਿਜ਼ਨਸ ਕਲਾਸ ਫੈਮਿਲੀ ਸੀਗੀ ਅਤੇ 2 ਮਾਈਨਰ ਬੱਚੇ ਸੀਗੇ ਅਤੇ ਬਾਕੀ ਸਾਰੇ ਜਿਹੜੇ ਮੇਜਰ ਆ, ਜਿਹੜੇ 5 ਜਿਹੜੇ ਮਿਸਿੰਗ ਆ। ਸੋ ਉਹ ਸਾਰੇ ਐਂਗਲਾਂ ਤੋਂ ਜੋ ਵੀ ਹੈਗਾ ਇਹਨਾਂ ਦੇ ਬਿਜ਼ਨਸ 'ਚ ਕੀ ਇਹਨਾਂ ਨੇ ਕਰਜ਼ਾ ਲਿਆ ਸੀ ਜਾਂ ਲਿਮਿਟਾਂ ਬਣਾਈਆਂ ਸੀ, ਔਰ ਹਰ ਐਂਗਲ ਤੋਂ ਅਸੀਂ ਵੈਰੀਫਾਈ ਕਰ ਰਹੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਜਲਦੀ ਟਰੇਸ ਕਰਨਾ। ਕਿੰਨੇ ਦਿਨ ਦਾ ਲਾਪਤਾ ਜੀ? ਇਹ ਮੰਗਲਵਾਰ ਹੋਲੀ ਵਾਲੇ ਦਿਨ ਸ਼ਾਮ ਦਾ, ਜੋ ਇਸ 10 ਤਰੀਕ ਜਿਹੜਾ ਹੁਣ ਪਤਾ ਲੱਗ ਰਿਹਾ ਇਹਨਾਂ ਦੇ ਸਾਰੇ ਰਿਸ਼ਤੇਦਾਰਾਂ ਤੋਂ ਜਾਂ ਆਂਢ ਗੁਆਂਢ ਤੋਂ। ਸਰ, ਇੱਕ ਨੋਟਸ ਵੀ ਮਿਲਿਆ ਜੀ ਇੱਥੇ, ਉਹਦੇ ਵਿੱਚ ਵੀ ਕਾਫੀ ਨਾਮ, ਉਹ ਸਾਰੇ ਨਾਂ ਹੈਗੇ ਉਹਨਾਂ, ਉਹ ਵੀ ਐਂਗਲ ਵੈਰੀਫਾਈ ਕਰ ਰਹੇ ਹਾਂ। ਬਿਜ਼ਨਸ ਦੇ ਵਿੱਚ ਘਾਟੇ ਵਾਧੇ ਦਾ ਵੀ ਕੋਈ ਸਾਹਮਣੇ ਆਇਆ? ਹਾਂ, ਜਿਵੇਂ ਕੋਈ ਬੈਂਕ ਵਾਲਿਆਂ ਨੇ ਸਾਨੂੰ ਅਪਰੋਚ ਕੀਤਾ, ਉਹਨਾਂ ਦੀ ਲਿਮਿਟਸ ਬਣੀਆਂ ਸੀ, ਇੱਦਾਂ ਕੁਛ ਇੱਕ ਪ੍ਰਾਈਵੇਟ ਲੋਕ ਵੀ ਆ ਜਿਹੜੇ ਸ਼ਹਿਰ ਦੇ, ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਵਗੈਰਾ ਫੜੇ ਸੀਗੇ। ਸੋ ਅਜੇ ਵਰਬਲੀ ਤਾਂ ਸਾਨੂੰ ਸਾਰਾ ਕੁਝ ਪਤਾ ਲੱਗ ਰਿਹਾ, ਹੁਣ ਅਸੀਂ ਡਾਕੂਮੈਂਟਸ ਮੈਂਟਰੀ ਪ੍ਰੂਫਸ ਵੀ ਇਕੱਠੇ ਕਰ ਰਹੇ ਹਾਂ ਵੀ ਕੀ ਰੀਜ਼ਨ ਹੋ ਸਕਦਾ ਇਹਨਾਂ ਦੇ ਜਾਣ ਦਾ। ਸਰ, ਕੈਮਰੇ ਵਗੈਰਾ ਵੀ ਲੱਗੇ ਸੀਗੇ? ਇਹਨਾਂ ਦਾ ਕੈਮਰੇ ਚੱਲ ਨਹੀਂ ਸੀ ਰਹੇ, ਇਹਨਾਂ ਨੇ DVR ਵਗੈਰਾ ਰਿਮੂਵ ਕੀਤੇ ਸੀ, ਔਰ ਜਿਹੜਾ ਕੋਈ ਇਹਨਾਂ ਦੇ ਕੱਪੜੇ ਵਗੈਰਾ ਵਾ ਜਾਂ ਵੈਲੂਏਬਲ ਜਵੈਲਰੀ ਵਗੈਰਾ ਉਹ ਵੀ ਇਹ ਨਾਲ ਲੈ ਕੇ ਗਏ ਆ। ਸੋ ਦੇਖਦੇ ਹਾਂ ਇਹਦਾ ਸਾਰੇ ਐਂਗਲਾਂ ਤੋਂ। ਕੋਈ ਦੁਸ਼ਮਣੀ ਵਗੈਰਾ ਤਾਂ ਨਹੀਂ ਕਿਸੇ ਨਾਲ? ਨਹੀਂ, ਇਹੋ ਜਿਹੀ ਨਹੀਂ ਕੋਈ ਗੱਲ, ਬਿਜ਼ਨਸ ਵਾਲਾ ਐਂਗਲ ਹੈਗਾ। ਠੀਕ ਹੈ। ਸੋ ਵੀ ਆਰ ਲੁਕਿੰਗ ਇਨ ਟੂ ਆਲ ਆਸਪੈਕਟਸ। ਠੀਕ ਹੈ।